ਦੋ ਵੱਖ-ਵੱਖ ਆਪਰੇਸ਼ਨ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 8 ਪਿਸਟਲ, 32 ਬੋਰ ਉਸ ਨਾਲ। ਇਹਦੇ ਵਿੱਚ ਜਿਹੜਾ ਪਹਿਲਾ ਸਾਡਾ ਆਪਰੇਸ਼ਨ ਹੈ ਜਿਹਦੇ ਤਹਿਤ 5 ਪਿਸਟਲ ਜਿਹੜੇ ਹੈ ਰਿਕਵਰ ਹੋਏ ਨੇ 32 ਬੋਰ ਦੇ, ਉਹਨਾਂ ਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਆ ਚਰਨਜੀਤ ਸਿੰਘ ਔਰ ਚੰਨੀ, ਪੁੱਤਰ ਬਲਜਿੰਦਰ ਸਿੰਘ ਨੇਸ਼ਟਾ ਦਾ ਰਹਿਣ ਵਾਲਾ ਹੈ, ਇਹ ਪੁਲਿਸ ਸਟੇਸ਼ਨ ਘਰਿੰਡਾ ਦਾ ਵਰਿਸ਼ਠ ਵਸਨੀਕ ਹੈ। ਇਸ ਦੇ ਨਾਲ ਇਸਦਾ ਜਿਹੜਾ ਸਹਿਯੋਗੀ ਸੀ ਗੁਰਤੇਜ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਨਵੀਂ ਆਬਾਦੀ ਅਟਾਰੀ, ਇਹਨਾਂ ਤੋਂ ਜੋ ਹੈ 5 ਪਿਸਟਲ ਜਿਹੜੇ ਹੈ ਉਹ ਰਿਕਵਰ ਹੋਏ ਨੇ। ਇਸ ਤੋਂ ਇਲਾਵਾ ਇੱਕ ਦੂਸਰੇ ਜਿਹੜਾ ਹੈ ਮੁਕੱਦਮੇ ਦੇ ਵਿੱਚ ਜਿਹੜਾ ਚਾਟੇਵਿੰਡ ਥਾਣੇ ਵਿੱਚ ਦਰਜ ਹੋਇਆ, ਉੱਥੇ ਇੱਕ ਵਿਅਕਤੀ ਜਿਹੜਾ ਵਿਕਰਮਜੀਤ ਸਿੰਘ ਔਰ ਵਿੱਕੀ ਪੁੱਤਰ ਲਾਭ ਸਿੰਘ ਹੈ, ਇਹ ਪਿੰਡ ਗੱਦੂਆਂ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ ਦਾ ਰਿਹਾਇਸ਼ੀ ਹੈ, ਜਿਹਦੇ ਕੋਲੋਂ ਤਿੰਨ ਪਿਸਟਲ ਜਿਹੜੇ ਹੈ ਉਹ ਰਿਕਵਰ ਹੋਏ ਨੇ। ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਹੜੇ ਦੋ ਵੱਖ-ਵੱਖ ਜਿਹੜੇ ਆਪਰੇਸ਼ਨ ਦੇ ਤਹਿਤ ਹੈ, ਇਹ ਟੋਟਲ 8 ਪਿਸਟਲ, 32 ਬੋਰ, 8 ਮੈਗਜ਼ੀਨ, 17 ਜ਼ਿੰਦਾ ਰੌਂਦ ਜਿਹੜੇ ਹੈ ਉਹ ਰਿਕਵਰ ਕੀਤੇ। ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹੈ ਉਹ ਗ੍ਰਿਫਤਾਰ ਜੀ। ਬਿਲਕੁਲ ਜੀ, ਇੱਕ ਜਿਹੜਾ ਕੇਸ ਹੈਗਾ ਸਾਡਾ ਜਿਹੜਾ PS ਭਿੰਡੇ ਦੇ ਵਿੱਚ ਜਿਹੜਾ ਹੈ ਅਸੀਂ ਦਰਜ ਕੀਤਾ ਹੈ, ਉਹਦੇ ਵਿੱਚ ਕੁਝ ਸਾਡੇ ਕੋਲ ਐਵੀਡੈਂਸ ਆ ਰਹੇ ਨੇ ਜਿਹੜੇ ਇੰਡੀਕੇਟ ਕਰਦੇ ਨੇ ਕਿ ਇਹਨਾਂ ਜਿਹੜੇ ਦੋਸ਼ੀ ਹੈਗੇ ਨੇ ਦੋ, ਇਹਨਾਂ ਦਾ ਸੰਬੰਧ ਜਿਹੜੇ ਹੈਗੇ ਪਾਕਿਸਤਾਨ ਦੇ ਸਮਗਲਰ ਨਾਲ। ਦੇਖੋ ਜੀ, ਅਜੇ ਜਿਹੜੀ ਹੈ ਤਫਤੀਸ਼ ਜਿਹੜੀ ਹੈ ਚੱਲ ਰਹੀ ਹੈ, ਕਿਉਂਕਿ ਵੈਪਨ ਜਿਹੜੇ ਨੇ ਅਜੇ ਇਹਨਾਂ ਦੇ ਵਿੱਚ ਕੁਝ ਵੈਪਨ ਜਿਹੜੇ ਹੈ ਉਹ MP ਸਾਈਡ ਤੋਂ ਜਿਵੇਂ ਆਉਂਦੇ ਹੈ, MP ਮਾਰਕਾ ਜਿਵੇਂ ਕਹਿੰਦੇ ਹੈ, ਉਹ ਵੈਪਨ ਜਿਹੜੇ ਹੈ ਆਈਡੈਂਟੀਫਾਈ ਹੋਏ। ਦੇਖੋ ਜੀ, ਇਹਨਾਂ ਦੇ ਵੱਖੋ ਵੱਖਰੇ ਜਿਹੜੇ ਹੈ ਜਿਹੜੇ ਇਹਨਾਂ ਦੇ ਲਿਆਣੇ ਬਣਦੇ, ਇਹ ਕੀ ਕਰਦੇ ਨੇ ਵੱਖੋ ਵੱਖਰੇ ਚੈਨਲਸ ਤੋਂ ਜਿਹੜੇ ਹੈ MP ਤੋਂ ਇਹ ਆਪ ਵੀ ਜਾਣਦੇ ਨੇ, ਆਪਣੇ ਇਹਨਾਂ ਦੇ ਸੋਰਸਿਸ ਵੀ ਨੇ ਜਿਹਨਾਂ ਤੋਂ ਇਹ ਵੈਪਨ ਜਿਹੜੇ ਨੇ ਲੈਂਦੇ ਨੇ, ਅੱਗੇ ਜਿਹੜਾ ਵੇਚਣ ਵਾਸਤੇ ਜਾਂ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਿਹੜੇ ਗਰੁੱਪ ਇਹਨਾਂ ਦੇ ਨਾਲ ਇੰਟੈਚ ਹੁੰਦੇ ਨੇ, ਉਹਨਾਂ ਦੇ ਨਾਲ ਇਹ ਰਾਬਤਾ ਕਰਕੇ ਉਹਨਾਂ ਨੂੰ ਇਹ ਵੇਚਣ ਦਾ ਵੀ ਕੰਮ ਕਰਦੇ। ਇਹ ਸਾਰੀ ਤਫਤੀਸ਼ ਚੱਲਦੀ ਹੈ ਜੀ, ਇਹ ਜੋ ਵੀ ਸਾਹਮਣੇ ਆਏਗਾ ਤੁਹਾਡੀਆਂ ਅਲੱਗ 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 ਇਹਨਾਂ ਦੇ ਜੋ ਵੀ ਹੁੰਦੇ ਆ ਰੇਟ, ਕਿਤੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਦੇਸੀ ਹੈ ਪਿਸਟਲ ਜਿਹੜਾ ਹੈਗਾ ਉਸ ਹਿਸਾਬ ਨਾਲ ਜੋ ਰੇਟ ਚੱਲਦਾ ਉਸ ਤੋਂ ਉਹ ਸਾਰਾ ਅਸੀਂ ਜਿਹੜਾ ਹੈ ਚੈੱਕ ਕਰ। ਉਮਰ ਤੇ ਵੇਖਿਆ ਗਿਆ ਜੀ? ਹਾਂਜੀ, ਉਹ ਸਾਰਾ ਕੁਝ ਤੁਹਾਨੂੰ ਦੱਸ ਦਾਂਗੇ। ਜਿਹੜਾ ਸੰਗਰੂਰ ਵਾਲਾ ਕਿਹਦੇ ਕੋਲ ਆਇਆ ਸੀਗਾ ਔਰ ਇਹਦਾ ਕੀ ਕਨੈਕਸ਼ਨ ਹੈ? ਦੇਖੋ ਜੀ, ਬੇਸਿਕਲੀ ਇਹ ਹੈ ਕਿ ਕਿਉਂਕਿ ਇਹ ਬਾਰਡਰ ਬੈਲਟ ਹੈ, ਇੱਥੇ ਨਾਜਾਇਜ਼ ਜਿਹੜੇ ਵੈਪਨ ਦੀ ਜਿਹੜੀ ਹੈ ਆਮਦ ਬਹੁਤ ਜ਼ਿਆਦਾ, ਕੁਝ ਜਿਹੜੇ ਹੈ ਕਾਰੋਬਾਰ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਵੀ ਸਮਗਲ ਹੁੰਦੇ ਨੇ ਇੱਥੇ। MP ਦੇ ਵੈਪਨ ਦੀ ਜਿਹੜੇ ਹੈ ਉਹ ਕਾਫੀ ਮਾਤਰਾ ਦੇ ਵਿੱਚ ਆਉਂਦੇ ਨੇ। ਸੋ ਇੱਕ ਜਿਹੜੇ ਇਹ ਬੈਲਟ ਜਿਹੜੀ ਹੈ ਓਬਵੀਅਸਲੀ ਜਿਹੜੀ ਹੈ ਕੁਝ ਸਮਾਂ ਤੋਂ ਇਹ ਇੱਥੇ ਹੀ ਘੁੰਮ ਫਿਰ ਰਿਹਾ ਸੀਗਾ, ਤੇ ਇਹ ਜਿਹੜਾ ਹੈ ਵੈਪਨ ਨੂੰ ਪ੍ਰੋਕਿਓਰ ਕਰਕੇ ਅੱਗੇ ਵੇਚਣ ਜਿਵੇਂ ਕੰਮ ਕਰਦਾ ਹੈ। ਅਸਲ ਚ ਇਹਨੇ ਇਹ ਵੈਪਨ ਜਿਹੜੇ ਹੈਗੇ ਪ੍ਰੋਕਿਓਰ ਕਰਕੇ ਅੱਗੇ ਵੇਚਣੇ। ਇਹ ਸਾਰੀ ਚੈੱਕ ਕਰਦੇ ਹਾਂ ਕਿ ਕਿਉਂਕਿ ਇਹ ਮੋਟਰਸਾਈਕਲ, ਕਿਉਂਕਿ ਇਹ ਆਪ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਨੇ, ਕਿ ਜਿਹੜੇ ਇਹ ਵਹੀਕਲ ਇਹਨਾਂ ਨੇ ਯੂਜ਼ ਕੀਤਾ ਹੈ ਕਿ ਉਹ ਚੋਰੀ ਦਾ ਤਾਂ ਨਹੀਂ, ਇਹ ਸਾਰਾ ਚੈੱਕ ਕਰਦੇ। ਸਰਚ ਓਪਰੇਸ਼ਨ ਸੀਗਾ।